ਕਰਦਾ ਇੱਕ ਬੰਨੇ ਦੁਬਲੀ ਵਾਲਾ ਭੀਮ ਤੇ ਫਿਰ ਭੀਮ ਦੀ ਪਈ ਰੇਡ ਮੇਰੇ ਪੰਜਾਬੀ ਵੀਰੋ ਆ ਤਾਰੀਆਂ ਕਹਿੰਦੇ ਖੀਰਾਂ ਵਾਲੀ ਧਰਤੀ ਦਾ ਇਹ ਗੱਗੀ ਦਾ ਪਿੰਡੂ ਆ ਨਾਲ ਗਗਨ ਬਰਨਾਲੇ ਵਾਲਾ ਕੈਨੇਡਾ ਤੋਂ ਕਹਿੰਦੇ ਆ ਗੋਰਾ ਬੜਾ ਕੁਝ ਹੋਣਾ ਦੁਬਲੀ ਵਾਲਾ ਆ ਗਿਆ ਤੇ ਚੱਕ ਮੈਕ ਤੇ ਕਰ ਗੱਲ ਲੋ ਦੁਬਲੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਚਾਰ ਜਾਫੀ ਤਿਆਰ ਨੇ ਦੁਬਲੀ ਦੀ ਧਰਤੀ ਦੇ ਭੀਮ ਦੀ ਪਈ ਰੇਡ ਮੇਰੇ ਪੰਜਾਬੀ ਵੀਰੋ ਆ ਤਾਰੀਆਂ ਕਹਿੰਦੇ ਖੀਰਾਂ ਵਾਲੀ ਧਰਤੀ ਦਾ ਇਹ ਗੱਗੀ ਦਾ ਪਿੰਡੂ ਆ ਉਹ ਮਿਲਣ ਆ ਮੈਚ ਦੇ ਵਿੱਚ ਆ ਮੈਚ ਦੇ ਵਿੱਚ ਆ ਮੈਚ ਦੇ ਵਿੱਚ ਬੜਾ ਕੁਝ ਹੋਣਾ ਆ ਮੈਚ ਦੇ ਵਿੱਚ ਬੜਾ ਕੁਝ ਹੋਣਾ ਭੀਮ ਦੀ ਤੇ ਕਰ ਗੱਲ ਪਾ ਕੇ ਪਾਵੇ ਜਿਵੇਂ ਕੌਡੀ ਲਾ ਕੇ ਪੂਰੀ ਸਕੀਮ ਦੁਨੀਆਂ ਦੇ ਛਾ ਗਿਆ ਲੋਕੋ ਦੁਬਲੀ ਦਾ ਭੀਮ 3 ਮਾਰਚ ਨੂੰ ਕਹਿੰਦੇ ਦੁਬਲੀ ਦੇ ਵਿੱਚ ਕੱਪ ਹੋਣਾ ਸਾਡਾ ਭਰਾ ਉਧਰਲੇ ਬੰਨੇ ਵੱਡਾ ਮਾਨ ਪ੍ਰਭ ਗਿੱਲ ਹੈ ਤਰਨਵੀਰ ਹੈ ਨਾਲ ਗਗਨ ਬਰਨਾਲੇ ਵਾਲਾ ਕੈਨੇਡਾ ਤੋਂ ਕਹਿੰਦੇ ਆ ਗੋਰਾ ਸਰਹਾਲੀ ਮੰਡਵਟ ਪਿੰਡ ਵਾਲਾ ਕਹਿੰਦਾ 51,000 ਭੀਮ ਆ ਗਿਆ ਦੁਬਲੀ ਪਿੰਡ ਵਾਲਾ ਗੁਰਕੀਰਤ ਸਾਡੇ ਭਰਾ ਦਾ ਵੱਡਾ ਧੰਨਵਾਦ ਹੈ ਨਾਲ ਸਾਡੇ ਸਰਦਾਰ ਜੱਸਾ ਸਿੰਘ ਜੀ ਪ੍ਰਧਾਨ ਸਾਹਿਬ ਹੈ ਸਾਡੀ ਖੇਡ ਕਬੱਡੀ ਦਾ ਮਾਨ ਵੱਡਾ ਵੀਰ ਬੜੇ ਵੱਡੇ ਪਿਆਰ ਪੁੱਜਦੇ ਕਰਦਾ ਇੱਕ ਬੰਨੇ ਦੁਬਲੀ ਵਾਲਾ ਭੀਮ ਤੇ ਫੇਰੂ ਮਾਨੀਆ ਉੱਥੋਂ ਆ ਫੇਰੂ ਮਾਨੀਆ ਐਨ ਸਿਰੇ ਦੀ ਟੱਕਰ ਸਰਦਾਰ ਧਰਮ ਸਿੰਘ ਜੀ 500 ਦੀ ਹੈ ਉਧਰਲੇ ਬੰਨੇ ਗੁਰਭੇਜ ਸਿੰਘ ਜੀ ਗਿੱਲ ਸਾਡੀ ਜ਼ਿੰਦਗੀ ਦਾ ਮਾਨ ਹੈ ਮੇਰੇ ਮਿੱਤਰੋ ਬੜਾ ਪਿਆਰਾ ਵੀਰ ਭਾਈ ਗੁਰਮੀਤ ਸਿੰਘ ਜੀ ਪੰਜਾਬ ਪੁਲਿਸ ਵੀ ਪੁੱਜਾ ਆ ਸਾਡਾ ਭਰਾ ਔਰ ਜ਼ਿੰਦਗੀ ਦੇ ਵਿੱਚ ਬੜਾ ਪਿਆਰ ਕਰਨ ਵਾਲਾ ਸਾਡੀ ਖੇਡ ਕਬੱਡੀ ਦਾ ਵੱਡਾ ਮਾਨ ਸਤਿਕਾਰ 500 ਦੀ ਰੇਡ ਤੇ ਜਫਾ ਜਫਾ ਤਾਰੀ ਦਾ ਪਰਪੌਣ ਜਿਹੜਾ ਉਹ ਭੀਮ ਆਪਣੀ ਟੀਮ ਦੇ ਸੁਪਿਆਰ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਰਦਾਰ ਸ਼ਿੰਗਾਰ ਸਿੰਘ ਜੀ ਪੁੱਜੇ ਹੋਏ ਹੈ ਉਹਨਾਂ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਹੈ ਲਓ ਕਬੱਡੀ ਭੀਮ ਨੇ ਪਾ ਦਿੱਤੀ ਹੈ ਹਾਂ ਰੇਡ ਸਤਨਾਮ ਸਿੰਘ ਜੀ ਸਰਪੰਚ ਵੱਲੋਂ 500 ਦੀਆਂ ਬਾਪੂ ਪਿੱਛੇ ਨੂੰ ਹੋ ਜਾ ਇਨਸਾਨਾਂ ਦਾ ਭੇੜ ਹੈ ਆਓ ਸਾਹਮਣੇ ਕਬੱਡੀ ਪੈ ਰਹੀ ਹੈ ਜੱਸਾ ਪ੍ਰਧਾਨ ਜੀ ਵੇਖੋ ਇਹ ਦੁਬਲੀ ਵਾਲੇ ਦੀ 500 ਦੀ ਰੇਡ ਦੂਜੀ ਪੈ ਗਈ ਹੈ ਇੱਕ ਰੇਡ ਰਹਿ ਗਈ ਪੱਪੂ ਬਾਈ ਆ 600 ਰੁਪਇਆ ਰੇਸ਼ਮ ਦਾ ਫੜ ਕੇ ਲੈ ਜੀ ਵੀਰਾ ਜਰਾ ਇਹ ਧਰਮ ਸਿੰਘ ਜੀ ਤੀਜੀ ਪੈਣ ਲੱਗੀ ਹੈ 500 ਦੀ ਔਰ ਸਾਡੇ ਵੱਡੇ ਭਰਾ ਸਤਨਾਮ ਸਿੰਘ ਜੀ ਸਰਪੰਚ ਨੇ 500 ਲਾਇਆ ਵੀਰ ਸੁਖਵਿੰਦਰ ਵੀ ਸਾਡਾ ਚੇਚੇ ਤੌਰ ਤੇ ਪੁੱਜਿਆ ਸਾਡੀ ਜ਼ਿੰਦਗੀ ਦਾ ਮਾਨ ਹੈ ਔਰ ਹਰਜੀਤ ਲਾਡੀ ਭਰਾ ਦਾ ਧੰਨਵਾਦ ਹੈ ਗੁਰਭੇਜ ਗਿੱਲ ਹੋਰਾਂ ਦਾ ਤੇ ਸਾਹਮਣੇ ਪੁਆਇੰਟ ਦੁਬਲੀ ਵਾਲੇ ਭੀਮ ਦਾ ਐਵੇਂ ਪ੍ਰਭ ਸਰਪੰਚ ਕੈਨੇਡਾ ਨੇ ਗੋਰੇ ਸਰਹਾ